ਸਰਕਾਰ ਮੁਰਦਾਬਾਦ ਟੈਂਡਰ ਕਾਰ ਮੁਰਦਾਬਾਦ ਟੈਂਡਰ ਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਟੈਂਡਰ ਕਾਰ ਮੁਰਦਾਬਾਦ ਟੈਂਡਰ ਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕਿਸਾਨ ਆੜ੍ਹਤੀ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਆੜ੍ਹਤੀ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਆੜ੍ਹਤੀ ਮਜ਼ਦੂਰ ਏਕਤਾ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਟੈਂਡਰ ਕਾਰ ਮੁਰਦਾਬਾਦ ਕਿਸਾਨ ਆੜ੍ਹਤੀ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਆੜ੍ਹਤੀ ਮਜ਼ਦੂਰ ਏਕਤਾ ਜ਼ਿੰਦਾਬਾਦ ਕਿਸਾਨ ਆੜ੍ਹਤੀ ਮਜ਼ਦੂਰ ਏਕਤਾ ਜ਼ਿੰਦਾਬਾਦ ਕੀ ਗੱਲਬਾਤ ਹੋ ਗਈ ਕਾਰਨ ਇਹ ਆ ਜੀ 13 ਤਰੀਕ ਦੀ ਸਾਡੀ ਪਰਚੇਜ ਹੋਈ ਆ ਜਿਹੜਾ ਕਿ ਟੈਂਡਰਕਾਰਾਂ ਨੇ ਕੋਈ ਲਿਫਟਿੰਗ ਨਹੀਂ ਅੱਜ ਤੱਕ ਕੀਤੀ ਜੇ ਕੀਤੀ ਹੈ ਨਾ ਮਾਤਰ ਲਿਫਟਿੰਗ ਆ ਅਤੇ ਨਾ ਕੋਈ ਸੁਣਾਈ ਆ ਨਾ ਇੱਥੇ ਕੋਈ ਗੱਡੀ ਆਉਂਦੀ ਆ ਜੇ ਕੋਈ ਗੱਡੀ ਆਉਂਦੀ ਹੈ ਨਾ ਡਾਲੇ ਮੰਗਦੀ ਆ ਜਿਹੜੇ ਕਿ ਅਸੀਂ ਨਹੀਂ ਦੇ ਸਕਦੇ ਉਹ ਗੁੰਡਾ ਟੈਕਸ ਜਿਹੜਾ ਸਾਤੋਂ ਨਹੀਂ ਦਿੱਤਾ ਜਾ ਸਕਦਾ ਉਹਦਾ ਕਰਕੇ ਕੱਲ੍ਹ ਤੋਂ ਅਸੀਂ ਧਰਨੇ 'ਤੇ ਬੈਠੇ ਹਾਂ ਅਤੇ ਅੱਜ ਤੱਕ ਕੋਈ ਸੁਣਾਈ ਨਹੀਂ ਸਾਡੀ ਮੰਗਿਆ ਜੀ ਜਾਂ ਤਾਂ ਟੈਂਡਰ ਕਰ ਦੀਆਂ ਗੱਡੀਆਂ ਆ ਜਾਣ ਜੇ ਗੱਡੀਆਂ ਨਹੀਂ ਟੈਂਡਰ ਤੋਂ ਕੱਢ ਟੈਂਡਰ ਤੋੜ ਕੇ ਆੜ੍ਹਤੀਆਂ ਦੇ ਨਾਂ ਕੀਤਾ ਜਾਵੇ ਢੋਆ ਢੁਆਈ ਦਾ ਕੰਮ ਆੜ੍ਹਤੀ ਕਰਨ ਨੂੰ ਤਿਆਰ ਆ ਕੋਈ ਗੱਡੀ ਨਹੀਂ ਹੁੰਦੀ ਟੈਂਡਰਕਾਰ ਉਹਨਾਂ ਨੂੰ ਦਿੰਦੇ ਆ ਸਰਕਾਰਾਂ ਦੇ ਦਬਾਅ ਆ ਸਿਆਸੀ ਦਬਾਅ ਹੋਣ ਕਰਕੇ ਜੇ ਤੋਂ ਇੱਕ ਵੀ ਗੱਡੀ ਨਹੀਂ ਨਾ ਉਹ ਕਦੀ ਸੋਚਿਆ ਹੀ ਆ ਉਹਨੇ ਕਦੀ ਮੇਰੇ ਕੋਲ ਗੱਡੀ ਦਾ ਬਸ ਉਹਨੂੰ ਟੈਂਡਰ ਦੇ ਦਿੰਦੇ ਆ ਉਹ ਗੱਡੀਆਂ ਕੋਈ ਆਉਣੀਆਂ ਨਹੀਂ ਆ ਆੜ੍ਹਤੀਆਂ ਦਬਾਅ ਪਾ ਕੇ ਮਾਲ ਢੋਇਆ ਜਾਂਦਾ ਸੀ ਅਤੇ ਗੁੰਡਾ ਟੈਕਸ ਲਿਆ ਜਾਂਦਾ ਸੀ ਨਾਲ ਕੋਈ ਸਾਨੂੰ ਅੱਜ ਤੱਕ ਕਿਰਾਇਆ ਨਹੀਂ ਮਿਲਿਆ ਗੁੰਡਾ ਟੈਕਸ ਦਿੱਤਾ ਜਿਹੜਾ ਹੱਥੋਂ ਦਿੱਤਾ ਕਣਕ ਦਾ ਨੁਕਸਾਨ ਹੋ ਰਿਹਾ ਜੀ ਜੇ ਕੱਲ੍ਹ ਨੂੰ ਬਾਰਿਸ਼ ਆਉਂਦੀ ਬਾਰਦਨਾ ਗਲ ਗਿਆ ਤਾਂ ਵੀ ਨੁਕਸਾਨ ਆ ਕਣਕ ਦਾ ਵੇਟ ਘੱਟ ਰਿਹਾ ਤਾਂ ਵੀ ਨੁਕਸਾਨ ਹੋ ਰਿਹਾ ਅਤੇ ਕੁਛ ਵੀ ਮਜ਼ਦੂਰੀ ਪੈ ਰਹੀ ਆ ਜਿਹੜੇ ਮਜ਼ਦੂਰ ਆ ਉਹ 5-6 ਦਿਨ ਤੋਂ ਵਿਹਲੇ ਬੈਠੇ ਆ ਕਣਕ ਉਹਨਾਂ ਭਰ ਲਈ ਆ ਗੱਡੀ ਕੋਈ ਆਉਂਦੀ ਨਹੀਂ ਵਿਹਲੇ ਬੈਠੇ ਉਹ ਜਿਹੜੇ ਆ ਰੋਟੀਆਂ ਖਾਣ ਡੇ ਆ ਅਤੇ ਸਾਡੇ ਨਾਲ ਲੜਨ ਡੇ ਆ ਮੈਂ ਜੀ ਕੈਪਟਨ ਸਿੰਘ ਬਘਿਆੜੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਤੋਂ ਜੀ ਇੱਥੇ ਅੱਜ ਝਬਾਲ ਮੰਡੀ 'ਚ ਆੜ੍ਹਤੀ ਐਸੋਸੀਏਸ਼ਨ ਦੇ ਜਿਹੜੇ ਪ੍ਰਧਾਨ ਨੇ ਤਸਵੀਰ ਸਿੰਘ ਜੀ ਅਤੇ ਸਾਰੀ ਕਮੇਟੀ ਇਹਨਾਂ ਨੇ ਸਾਨੂੰ ਬੁਲਾਇਆ ਵੀ ਆਹ ਮਸਲਾ ਬੋਰੀਆਂ ਜਿਹੜੀ ਲਿਫਟਿੰਗ ਨਹੀਂ ਹੋ ਰਹੀ ਅਤੇ ਵੇਖੋ ਅਸੀਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਜਿਹੜੀ ਉਹ ਆੜ੍ਹਤੀਆਂ ਦੇ ਸਮਰਥਨ 'ਚ ਹਾਂ ਜੇ ਸਾਨੂੰ ਕੋਈ ਵੀ ਅਧਿਕਾਰੀ ਜਿਹੜਾ ਕੱਲ੍ਹ ਦਾ ਵੇਖੋ ਧਰਨਾ ਲੱਗਾ ਵਾ 25 ਤਰੀਕ ਦਾ ਅਤੇ ਕੋਈ ਵੀ ਵਿਹਲਾ ਨਹੀਂ ਸਾਰੇ ਆਪਣੀ ਬਿਜੀ ਲਾਈਫ ਆ ਅਤੇ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਸਾਡੇ ਨਾਲ ਇੱਥੇ ਆਣ ਕੇ ਗੱਲ ਨਹੀਂ ਕੀਤੀ ਆਹ ਮਜ਼ਦੂਰ ਵਿਚਾਰੇ ਕੱਲ੍ਹ ਦੇ ਨਾਲ ਬੈਠੇ ਆ ਜਿਨ੍ਹਾਂ ਨੇ ਆਪਣਾ ਉਹੀ ਕਰਨਾ ਅਤੇ ਉਹੀ ਖਾਣਾ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਜਾਂ ਤਾਂ ਇਹਦਾ ਜਲਦੀ ਤੋਂ ਜਲਦੀ ਜਿਹੜੀ ਗੱਲ ਕਰਕੇ ਇਹਦਾ ਕੋਈ ਹੱਲ ਕੀਤਾ ਜਾਵੇ ਅਤੇ ਨਹੀਂ ਤਾਂ ਅਸੀਂ ਜਿਹੜਾ ਕੋਈ ਵੀ ਐਕਸ਼ਨ ਸਾਨੂੰ ਕਰਨਾ ਪਿਆ ਚਾਹੇ ਸਾਨੂੰ ਰੋਡ ਰੋਕਣਾ ਪਿਆ ਸੜਕ ਰੋਕਣੀ ਪਈ ਜਥੇਬੰਦੀ ਜਿਹੜੀ ਉਹ ਆੜ੍ਹਤੀਆਂ ਦੇ ਸਮਰਥਨ 'ਚ ਜਿਹੜੀ ਨਾਲ ਰਹੂਗੀ ਤਾਂ ਅਸੀਂ ਆਪਣਾ ਇਨਸਾਫ਼ ਲੈ ਕੇ ਰਵਾਂਗੇ ਜੀ ਲੋਕਾਂ ਨੇ ਬਦਲਾਅ ਲਈ ਵੋਟਾਂ ਪਾਈਆਂ ਹੈਗੀਆਂ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਦਾ ਵਾ ਵੇਖੋ ਜੀ ਲੋਕਾਂ ਨੇ ਜਿਹੜਾ ਬਦਲਾਅ ਲਈ ਵੋਟਾਂ ਪਾਈਆਂ ਬਿਲਕੁਲ ਪਰ ਲੋਕ ਜਿਹੜੇ ਆ ਨਾ ਉਹ ਪਹਿਲੀਆਂ ਸਰਕਾਰਾਂ ਨਾਲੋਂ ਵੀ ਮੈਂ ਅੱਜ ਕਹੂੰਗਾ ਕਿ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਵੀ ਸਾਰੇ ਉਹ ਤੋਂ ਵੱਧ ਠੱਗੇ ਮਹਿਸੂਸ ਕਰ ਰਹੇ ਆ ਕਿਉਂਕਿ ਦੂਸਰੇ ਸੂਬਿਆਂ 'ਚ ਜਾ ਕੇ ਜਿਹੜਾ ਉਹ ਸੈਰ ਸਪਾਟੇ ਕਰੀ ਜਾ ਰਹੇ ਆ ਪੰਜਾਬ ਦਾ ਜਿਹੜਾ ਪੈਸਾ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ ਕਿ ਅਸੀਂ ਜਿਹੜਾ ਖਰਚਾ ਨਹੀਂ ਹੋਣ ਦੇਵਾਂਗੇ ਅਸੀਂ ਬਚਾਅ ਕਰਾਂਗੇ ਅਤੇ ਪਰ ਪੰਜਾਬ ਦੇ ਹਾਲਾਤ ਕੀ ਅੱਜ ਕਹਿੰਦੇ ਸੀਗੇ ਭਗਵੰਤ ਮਾਨ ਨੇ ਕਿਹਾ ਦਾਣਾ ਦਾਣਾ ਜਿਹੜਾ ਮੰਡੀ 'ਚੋਂ ਚੁੱਕਿਆ ਜਾਊਗਾ ਅਤੇ ਆਪ ਜਾ ਕੇ ਦਿੱਲੀ ਦੇ ਸਕੂਲ ਵੇਂਦਾ ਫਿਰਦਾ ਤਾਂ ਇੱਥੇ ਅਸੀਂ ਜਿਹੜੇ ਆ ਵੇਖੋ ਕੱਲ੍ਹ ਦੇ ਸਾਰੇ ਮਜ਼ਦੂਰ ਵਿਚਾਰੇ ਘਰਾਂ 'ਚ ਜਿਨ੍ਹਾਂ ਨੇ ਜਾ ਕੇ ਤੁਹਾਨੂੰ ਦੱਸਿਆ ਪਹਿਲਾਂ ਵੀ ਉਹੀ ਅੱਜ ਕੱਲ੍ਹ ਮਹਿੰਗਾਈ ਦਾ ਜੋਗਿਆ ਕਰਕੇ ਖਾਣਾ ਅਤੇ ਉਹ ਸਾਡੇ ਨਾਲ ਵਿਚਾਰੇ ਧੱਕੇ ਖਾ ਰਹੇ ਆ ਅਤੇ ਕੀ ਆਸ ਕਰਾਂਗੇ ਕਿ ਆਉਣ ਵਾਲੇ ਦਿਨਾਂ 'ਚ ਚੰਗਾ ਕਰ ਦੇਣਗੇ ਅਸੀਂ ਤਾਂ ਉਹ ਤੋਂ ਵੱਧ ਠੱਗੇ ਜਿਹੜੇ ਮਹਿਸੂਸ ਕਰ ਰਹੇ ਹਾਂ ਬੇਨਤੀ ਕਰਦੇ ਹਾਂ ਕਿ ਅਜੇ ਵੀ ਸਮਾਂ ਰਹਿੰਦਿਆਂ ਮਤਲਬ ਜਿਹੜਾ ਉਹਨੂੰ ਇਹਦਾ ਕੋਈ ਸਾਡੇ ਨਾਲ ਹੱਲ ਕਰ ਲੈਣਾ ਸਾਰੇ ਅਧਿਕਾਰੀ ਪੱਲਾ ਝਾੜ ਰਹੇ ਆ ਪਰ ਵੱਡੀ ਲੁੱਟ ਜਿਹੜੀ ਮੰਡੀ ਦੇ ਵਿੱਚ ਜਿਹੜੀ ਆੜ੍ਹਤੀਆਂ ਦੀ ਚੋਰ ਮੋਰੀ ਦੇ ਰਾਹੀਂ ਕੀਤੀ ਜਾ ਰਹੀ ਆ ਇਹ ਅਸੀਂ ਜਥੇਬੰਦੀਆਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਅਸੀਂ ਪਹਿਲਾਂ ਹੀ ਬੜੀਆਂ ਮਾਰਾਂ ਝੱਲ ਚੁੱਕੇ ਹਾਂ ਜਿਹੜਾ ਕਣਕ ਦਾ ਝਾੜ ਘੱਟ ਆਇਆ ਆੜ੍ਹਤੀਆਂ ਨੂੰ ਜਿਹੜਾ ਵਾ ਉਹ ਮਜਬੂਰ ਕੀਤਾ ਜਾਂਦਾ ਉਹਨਾਂ 'ਤੇ ਕਿਤੇ ਨਾ ਕਿਤੇ ਦਬਾਅ ਪਾਇਆ ਜਾਂਦਾ ਕਿ ਤੁਹਾਡੀ ਖਰੀਦ ਇੱਦਾਂ ਉੱਦਾਂ ਕਰਾਂਗੇ ਇਹ ਨਹੀਂ ਚੱਲੂਗਾ ਜੇ ਸਰਕਾਰ ਨੇ ਕਿਹਾ ਵਾ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਵਾਂਗੇ ਤਾਂ ਫਿਰ ਸਾਫ਼ ਸੁਥਰਾ ਪ੍ਰਸ਼ਾਸਨ ਕਰਨ ਇੱਥੇ ਜਿਹੜਾ ਕੋਈ ਵੀ ਅਧਿਕਾਰੀ ਜੇ ਆਇਆ ਅਤੇ ਅਸੀਂ ਉਹਨੂੰ ਬੰਦੀ ਬਣਾਉਣਾ ਹੁਣ ਘੇਰਾ ਉਹਨੂੰ ਰਾਤ ਅਸੀਂ ਇੱਥੋਂ ਜਾਣ ਨਹੀਂ ਦੇਣਾ ਜਾਂ ਤਾਂ ਸਾਡੇ ਨਾਲ ਕੇ ਗੱਲ ਕਰਨ ਇੱਥੋਂ ਬੋਰੀਆਂ ਨੂੰ ਚੁੱਕਣ ਆੜ੍ਹਤੀਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੁਣ ਕਣਕ ਘੱਟ ਜੇ ਜਾਂ ਵੱਧ ਜੇ ਗਰਮੀ ਵੱਧ ਰਹੀ ਆ ਸੁੱਕੂਗੀ ਜੇ ਮੀਂਹ ਆ ਗਿਆ ਖਰਾਬ ਹੋ ਗਈ ਉਹ ਵੀ ਆੜ੍ਹਤੀਆਂ ਕੋਈ ਜ਼ਿੰਮੇਵਾਰੀ ਨਹੀਂ ਲਊਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਹਾਂ ਜਿਹੜੀ ਵੀ ਫਰਮ ਨੇ ਕਣਕ ਖਰੀਦੀ ਆ ਉਹ ਆਪਣੀ ਜ਼ਿੰਮੇਵਾਰੀ ਲਵੇ ਇਹਨੂੰ ਲੈ ਕੇ ਜਾਵੇ ਚਾਹੇ ਜੋ ਮਰਜ਼ੀ ਇਹਦਾ ਜ਼ਿੰਮੇਵਾਰੀ ਲਵੇ ਅਸੀਂ ਜਿਹੜਾ ਆੜ੍ਹਤੀ ਐਸੋਸੀਏਸ਼ਨ ਦੇ ਨਾਲ ਹੈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਨਾਲ ਹੀ ਰਵਾਂਗੇ ਜੀ ਧੰਨਵਾਦ ਸਭ ਤੋਂ ਪਹਿਲਾਂ ਜੀ ਤੁਹਾਡਾ ਧੰਨਵਾਦ ਜਿਹੜੀ ਸਾਡੀ ਮੰਡੀ ਦੇ ਵਿੱਚ ਸੁਣਾਈ ਸੁਣਨ ਵਾਸਤੇ ਆਏ ਹੋ ਸਰਕਾਰ ਤੱਕ ਪਹੁੰਚਾਉਣ ਦੀ ਗੱਲ ਕਰਦੇ ਹੋ ਅਸੀਂ ਇਹੋ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਸਾਡੇ ਜਿੰਨੇ ਮਜ਼ਦੂਰ ਬੰਦੇ ਨੇ ਵੱਧ ਵੱਧ ਹਰ ਬੰਦੇ ਦਾ ਸੀਜ਼ਨ ਜਿਹੜਾ 7000 ਰੁਪਏ ਦਾ ਲੱਗਣਾ ਅਤੇ ਅੱਜ ਤੋਂ 10 ਦਿਨ ਹੋ ਗਏ ਕਣਕ ਭਰੀ ਨੂੰ ਕਿਸੇ ਨੇ ਨਹੀਂ ਅੱਜ ਤੱਕ ਗੱਡੀ ਕੋਈ ਚੱਜ ਨਾਲ ਲੋਡ ਨਹੀਂ ਕਰਵਾਈ 2-4 ਗੱਡੀਆਂ ਆਉਂਦੀਆਂ ਅਤੇ ਚਲੇ ਜਾਂਦੀਆਂ ਸਾਰੇ ਕਿਸਾਨ ਮਜ਼ਦੂਰ ਜਿਹੜੇ ਅਸੀਂ ਆੜ੍ਹਤੀਆਂ ਦੇ ਨਾਲ ਖਲੋਤੇ ਹੈ ਜੇ ਨਹੀਂ ਚੁੱਕਦਾ ਤਾਂ ਉਹਦਾ ਟੈਂਡਰ ਕੈਂਸਲ ਕੀਤਾ ਜਾਵੇ ਉਸ ਤੋਂ ਬਾਅਦ ਸਾਰੇ ਮਜ਼ਦੂਰ ਉਹਨਾਂ ਤੱਕ ਅਸੀਂ ਨਾਲ ਬੈਠੇ
मामला यह है कि पहला तो स्टार्ट लेट हुई है तो जोड़े हूँ गड्डिया की प्रॉब्लम आती है, बाकी प्रॉब्लम हल हो जूगी कि ज़्यादा सारिया मंडिया के जा करके गड्डिया जी घट गई कि टेंडर वाल को गड्डिया जिमें घट होने करके प्रबंध ये आ कि जिदा स्पैशल लगन लगे जिमें कि सीधा माल जिमें एफ सी आई चल जाए तो वो जरा छेती बाल चुका जी तो वो अपना जो सौखा होजूगा काम तो होर तो यो गल है ये हफ्ते के हो जू हफ्ते के जरा तेज हो जूगी स्पीड और टेंडर साढ़े को मंडी मंडी चौपाल सरां चीमा ਕੀ ਚੱਕਰ ਹੈਗਾ ਵਾ ਲਿਫਟਿੰਗ 'ਚ ਪ੍ਰੋਬਲਮ ਜਿਹੜੀ ਆ ਰਹੀ ਲਿਫਟਿੰਗ 'ਚ ਪ੍ਰੋਬਲਮ ਇਹਨਾਂ ਦੀ ਆਪਣੀ ਪ੍ਰੋਬਲਮ ਹੈ ਜੀ ਲੋਕਲ ਮੰਡੀ ਦੀ ਹੈ ਕਹਿੰਦੇ ਆ ਜੀ ਕਿ ਅਸੀਂ ਲੋਕਲ ਮੰਡੀ ਦਾ ਟੈਂਡਰ ਕੈਂਸਲ ਕਰਾਉਣਾ ਆ ਸਾਡੇ ਨਾਲ ਜੋ ਇਹਨਾਂ ਨੇ ਗੱਲ ਕੀਤੀ ਆ ਵੀ ਲੋਕਲ ਮੰਡੀ ਦਾ ਹੀ ਟੈਂਡਰ ਕੈਂਸਲ ਕਰਾਉਣਾ ਤਾਂ ਜੋ ਝੋਨੇ ਦੇ ਵਿੱਚ ਸਾਡੇ ਕੋਲ ਦੁਬਾਰਾ ਫੇਰ ਉਹ ਠੇਕੇਦਾਰ ਆ ਜਾਣੇ ਜਿਨ੍ਹਾਂ ਨੂੰ ਖਰਾਬ ਕਰਨਾ ਸਾਡੇ ਨਾਲ ਉਹ ਕਹਿੰਦੇ ਵੀ ਤੁਹਾਡੇ ਨਾਲ ਸਾਡੀ ਕੋਈ ਨਹੀਂ ਪਰ ਲਦਾਉਣ ਸਾਨੂੰ ਵੀ ਨਹੀਂ ਦੇ ਕੱਲ੍ਹ 17 ਗੱਡੀਆਂ ਆਈਆਂ ਸੀਗੀਆਂ ਕੱਲ੍ਹ ਇਹਨਾਂ 17 ਗੱਡੀਆਂ ਬੈਠੀ ਖਲੋਕ ਲਾ ਕੇ ਚਲੀਆਂ ਗਈਆਂ ਨਹੀਂ ਇਹਨਾਂ ਲੋਡ ਕੀਤੀਆਂ ਅੱਜ ਹੁਣ ਫੇਰ 11 ਗੱਡੀਆਂ ਖਲੋਤੀਆਂ ਇਹ ਫੇਰ ਨਹੀਂ ਅੱਜ ਲੱਦਣ ਡੇ ਹੁਣ ਨਾ ਲੇਬਰ ਨੂੰ ਵੀ ਹੜਤਾਲ 'ਤੇ ਬਿਠਾਇਆ ਇਹਨਾਂ ਨੇ ਆਪ ਵੀ ਬੈਠੇ ਆ ਨਾ ਗੱਲ ਕਰਦੇ ਆ ਮੈਂ ਵੀ ਸਵੇਰ ਦਾ ਆਣ ਕੇ ਬੈਠਾ ਸੀ ਅਤੇ ਨਾ ਇਹ ਸੱਦਦੇ ਆ ਸਾਨੂੰ ਅਤੇ ਨਾ ਹੀ ਸਾਡੇ ਨਾਲ ਕੋਈ ਗੱਲ ਕਰਦੇ ਆ ਕੀ ਪ੍ਰੋਬਲਮ ਹੈ ਜਦ ਤੱਕ ਕੋਈ ਗੱਲ ਹੀ ਨਹੀਂ ਕਰਨਗੇ ਪ੍ਰੋਬਲਮ ਦਾ ਹੱਲ ਕਿੱਥੋਂ ਨਿਕਲੂਗਾ ਡਾਲੇ ਦਾ ਚੱਕਰ ਹੈ ਜੀ ਡਾਲਾ ਮੈਡਮ ਨੇ ਕਿਹਾ ਸੀਗਾ ਡੀ ਐਫ ਸੀ ਨੇ ਟੈਂਡਰਾਂ ਤੋਂ ਪਹਿਲਾਂ ਵੀ ਐਤਕੀ ਅੰਡਰਲੋਡ ਮਾਲ ਦਾ ਕੋਈ ਡਾਲਾ ਨਹੀਂ ਹੋਊਗਾ ਪਰ ਫਿਰ ਵੀ ਅਗਲੇ ਬੰਨੇ ਗਦਾਮਾਂ 'ਚ 2 ਰੁਪਏ 30 ਪੈਸੇ ਡਾਲਾ ਚੱਲਣ ਦਿਆ ਕੱਟੇ ਦਾ 4.5-5 ਰੁਪਏ ਡਾਲਾ ਹੀ ਨਿਕਲ ਜਾਂਦਾ ਹੁਣ ਮਗਰਲੇ ਬੰਨੇ ਵੀ ਇਹ ਮੰਗੀ ਜਾਂਦੇ ਆ ਵੀ 1 ਰੁਪਿਆ ਕੱਟਾ ਸਾਨੂੰ ਮਗਰ ਵੀ ਦਿਓ ਤਾਂ ਡਰਾਈਵਰ ਕਿੱਥੋਂ ਦੇਣਗੇ ਇੰਨਾ ਡਾਲਾ ਕੱਟਾ ਨਾਲ ਰੇਟ ਹੀ ਨਹੀਂ ਹੈਗੇ ਕਲੈਸਟਰ ਦਾ ਰੇਟ ਸਾਰਾ 9.60 ਰੁਪਏ ਰੇਟ ਹੈ ਇੱਥੋਂ ਗੌਰਮੈਂਟ ਦਾ 10 ਕਿਲੋਮੀਟਰ ਦਾ ਅਤੇ ਸਾਡਾ ਰੇਟ ਬਣਦਾ 19 ਰੁਪਏ 19 ਰੁਪਈਆਂ 'ਚੋਂ 5 ਰੁਪਏ ਡਾਲਾ ਨਿਕਲ ਗਿਆ 14 ਰਹਿ ਗਏ 14 'ਚੋਂ 1000 ਦਾ ਤੇਲ ਲੱਗ ਗਿਆ ਅਤੇ ਗੱਡੀ ਨੂੰ ਕੀ ਬਚਿਆ ਇਹ ਮਗਰ ਵੀ ਕਹਿੰਦੇ ਆ 380 ਰੁਪਏ ਮਗਰ ਵੀ ਡਾਲਾ ਦਿਓ ਯਾਨੀ ਕਿ ਤੁਸੀਂ ਗੱਡੀਆਂ ਰਹੇ ਹਾਂ ਸਿਰਫ ਹੁਣ ਅਗਲੇ ਡਾਲੇ ਦੀ ਆ ਅਤੇ ਮਗਰਲੇ ਡਾਲੇ ਨਾ ਨਵਾਂ ਸ਼ੁਰੂ ਕਰਤਾ ਹੁਣ ਲੇਬਰ ਵੀ ਤਾਂ ਉੱਥੇ ਬਹਿ ਗਈ ਹੈ ਪਹਿਲਾਂ ਅਗਲੇ ਡਾਲੇ ਦੀ ਹੁਣ ਮਗਰਲੇ ਡਾਲੇ ਦਾ ਵੀ ਪੰਗਾ ਪੈ ਗਿਆ ਯਾਨੀ ਕਿ ਟਰਾਂਸਪੋਰਟਰ ਵੀ ਪਰੇਸ਼ਾਨੀ 'ਚ ਬਿਲਕੁਲ ਪਰੇਸ਼ਾਨੀ 'ਚ ਆ ਜੀ ਹੁਣ ਵੇਖੋ ਕੱਲ੍ਹ ਆਈਆਂ 17 ਗੱਡੀਆਂ ਡੱਕ ਛੱਡੀਆਂ ਇਹਨਾਂ ਨੇ 3000 ਰੁਪਏ ਤੋਂ ਘੱਟ ਗੱਡੀ ਦਿਹਾੜੀ ਤਾਂ ਨਹੀਂ ਮਿਲਦੀ 17 ਗੱਡੀਆਂ ਦਿਹਾੜੀ 'ਤੇ ਖਲੋਤੀਆਂ ਰਹੀਆਂ 50,000 ਸਾਨੂੰ ਪੈ ਗਿਆ ਅੱਗੇ ਇੱਕ ਦਿਨ 14 ਗੱਡੀਆਂ ਅੰਦਰ ਬਦਾਮਾਂ 'ਤੇ ਖਲੋਤੀਆਂ ਰਹੀਆਂ ਉੱਧਰ ਡਾਲਾ ਨਹੀਂ ਹੋ ਜਿਹੜਾ ਐਡਜਸਟ ਹੋਇਆ ਉਹਨਾਂ ਨਾਲ ਉਹਨਾਂ ਨੇ 3 ਦਿਨ ਗੱਡੀਆਂ ਅੰਦਰ ਹੀ ਬੰਦ ਰੱਖੀਆਂ ਨਾ ਬਾਹਰ ਨਿਕਲਣ ਦਿੱਤੀਆਂ ਨਾ ਖਾਲੀ ਕੀਤੀਆਂ ਕੀ ਡਿਮਾਂਡ ਕਰਦੇ ਜੀ ਤੁਸੀਂ ਕਿਸ ਤਰ੍ਹਾਂ ਦਾ ਸਿਸਟਮ ਹੋਣਾ ਚਾਹੀਦਾ ਡਿਮਾਂਡ ਸਿਸਟਮ ਹੀ ਹੋਣਾ ਚਾਹੀਦਾ ਜੀ ਗੌਰਮੈਂਟ ਨੂੰ ਇਹਦੇ ਵਿੱਚ ਕਰਨਾ ਚਾਹੀਦਾ ਕੋਈ ਨਾ ਕੋਈ ਦਖਲਅੰਦਾਜ਼ੀ ਕਰੇ ਨਾ ਤਾਂ ਕੋਈ ਫੋਨ ਚੁੱਕਦਾ ਮੁੜ ਕੇ ਨਾ ਮੈਡਮ ਫੋਨ ਚੁੱਕਦੀ ਹੈ ਨਾ ਕੋਈ ਹੋਰ ਫੋਨ ਚੁੱਕਦਾ ਕੌਣ ਫੋਨ ਨਹੀਂ ਚੁੱਕਦੀ ਕੋਈ ਡੀ ਐਫ ਸੀ ਮੈਡਮ ਨਹੀਂ ਫੋਨ ਚੁੱਕਦੀ ਉਹਦਾ ਹੀ ਬਥੇਰੇ ਫੋਨ ਕੀਤੇ ਵੀ ਮੈਡਮ ਜੀ ਤੁਹਾਨੂੰ ਡਾਲੇ ਦਾ ਕਿਹਾ ਹੈਗਾ ਵੀ ਡਾਲਾ ਨਹੀਂ ਲੱਗੂਗਾ ਹੁਣ ਡਾਲਾ ਵੀ ਮੰਗੀ ਜਾਂਦੇ ਕੋਈ ਕਰੋ ਇਹਨਾਂ ਨਾਲ ਕਿਸੇ ਨੇ ਨਹੀਂ ਕੀਤਾ ਇਹ ਟੈਂਡਰ ਕੈਂਸਲ ਕਰਾਉਣ ਦੀ ਤਿਆਰਤੀ ਉਹਨੂੰ ਦੇਣ ਦੀ ਮੰਗ ਕਰ ਰਹੇ ਆ ਕੀ ਕਹਿਣਾ ਚਾਹੁੰਦੇ ਜੀ ਹੁਣ ਇਹਦਾ ਤਾਂ ਮਹਿਕਮਾ ਹੀ ਕਰ ਸਕਦਾ ਜੀ ਅਸੀਂ ਤਾਂ ਗੱਡੀਆਂ ਦੇ ਸਕਦੇ ਹਾਂ ਗੱਡੀਆਂ ਹੀ ਦੇਣ ਡਏ ਹਾਂ ਕਿੰਨੀਆਂ ਗੱਡੀਆਂ ਤੁਹਾਡੀਆਂ ਆਪਣੀਆਂ ਸਾਡੇ ਕੋਲ ਤਾਂ 25-30 ਗੱਡੀਆਂ ਨੇ ਇੱਥੇ ਲੱਗੀਆਂ ਨੇ ਜਿਹੜੀਆਂ ਓਕੇ ਹੁਣ ਅੱਜ ਸਪੈਸ਼ਲ ਤੇ 3 ਦਿਨ ਹੋ ਗਏ ਗੱਡੀਆਂ ਸਪੈਸ਼ਲ ਭਰ ਕੇ ਗਈ ਸੀਗੀ ਸੋਲ ਮੰਡੀ ਤੋਂ ਸਪੈਸ਼ਲ ਹੋ ਗਈ ਰਿਜੈਕਟ 2 ਦਿਨ ਹੋ ਗਏ ਗੱਡੀਆਂ 40-50 ਉੱਥੇ ਖਲੋਤੀਆਂ ਨੇ ਹੁਣ ਕਿਸੇ ਨਾ ਕਿਸੇ ਬੰਨੇ ਹਰੇਕ ਥਾਂ 'ਤੇ ਪੰਗਾ ਵਾ ਹੁਣ ਗੱਡੀ ਇੱਕ ਮੰਡੀ ਸ਼ੁਰੂ ਹੋ ਜਾਵੇ 20 ਗੱਡੀਆਂ ਨਾਲ ਮੰਡੀ ਸ਼ੁਰੂ ਹੋ ਜਾਵੇ ਤਾਂ ਮੰਡੀ 2 ਦਿਨਾਂ 'ਚ ਚੁੱਕੀ ਜਾਂਦੀ ਹੈ ਅਸੀਂ ਇਹਨਾਂ ਨੂੰ ਕਹਿੰਦੇ ਹਾਂ ਵੀ ਸਾਨੂੰ 4 ਦਿਨ ਦੇ ਦਿਓ 4 ਦਿਨਾਂ ਦੇ ਵਿੱਚ ਅਸੀਂ ਮੰਡੀ ਤੁਹਾਡੀ ਖਾਲੀ ਕਰ ਦਿਆਂਗੇ ਪਰ ਹੁਣ ਇਹ ਕਿਸੇ ਗੱਲ 'ਤੇ ਆਉਣ ਇਹ ਉੱਠਦੇ ਹੀ ਨਹੀਂ ਉਸੇ ਥਾਂ 'ਤੇ ਬੈਠੇ ਆ 3 ਦਿਨ ਹੋ ਗਏ ਆ ਰਾਤ ਵੀ ਪਰਸੋਂ ਵੀ 12 ਵਜੇ ਤੱਕ ਇਹਨਾਂ ਕੋਲ ਬੈਠੇ ਰਹੇ ਇਹਨਾਂ ਕੋਈ ਗੱਲ ਨਹੀਂ ਕੀਤੀ ਕੱਲ ਫਿਰ ਇਹਨਾਂ ਦੇ ਨਾਲ 2 ਘੰਟੇ ਲਾ ਕੇ ਗਏ ਇਹਨਾਂ ਕੋਈ ਗੱਲ ਨਹੀਂ ਕੀਤੀ ਅੱਜ ਫਿਰ ਬੈਠੇ ਕੋਈ ਗੱਲ ਨਹੀਂ ਕਰਦੇ ਹੁਣ ਕੀ ਕਰੀਏ ਦੱਸੋ ਹੁਣ ਓਕੇ